ਉਧਰ ਦੇਖੋ ਤਾਂ ਸਿੱਧੀ ਲਿਆ ਸਿੱਧੀ ਯਾਰ ਇੰਨੀ ਜ਼ਮੀਨ ਦਾ ਕਰਾਂਗੇ ਕਿਸ ਦਿਨ ਆ ਜਦੋਂ ਲਾਇਆ 80 ਕੋ ਜਾਣਾ ਹਾਂ ਧਣੀਆਂ ਵੀ ਲਾ ਛੱਡ ਇੱਧਰ ਦੀ ਹਮ ਆਪਕਾ ਸਵਾਗਤ ਕਰਤੇ ਹੈ ਡੂ ਬ੍ਰੋ ਵਲੌਗ ਮੇ ਇਸ ਡਿਪਰੈਸ਼ਨ ਭਰੀ ਦੁਨੀਆ ਮੇ ਸੇ ਰਾਈਟ ਸਲੀਮ ਆਪ ਕੀ ਕਰ ਰਹੇ ਹੋ ਯਾਰ ਮੈਂ ਕਰ ਰਿਹਾ ਸੀ ਕੁਝ ਕੰਮ ਮੈਨੂੰ ਰੋਕਤਾ ਵੀ ਮੈਨੂੰ ਵੀਡੀਓ ਬਣਾ ਲੈਣ ਹਾਂ ਇੱਕ ਇਹ ਲੱਗਿਆ ਹੋਇਆ ਸੀ ਕੰਮ ਕਰਨ ਇਹਨੂੰ ਵੀ ਸਟਾਪ ਕਰਤਾ ਮੈਂ ਕਿਹਾ ਯਾਰ ਮੈਨੂੰ ਵਲੌਗ ਦੇ ਵਿੱਚ ਲੈ ਲੈਣ ਦੇ ਹਨਾ ਕਿਉਂ ਠੀਕ ਆ ਤੂੰ ਫੜ ਲਿਆ ਕੈਮਰਾ ਚਕਾਊਗਾ ਹੁਣ ਇਹ ਇਹ ਇਦਾਂ ਨਹੀਂ ਹੈਗੇ ਬੰਦੇ ਆਪਣੇ ਕੋਲ ਇੱਥੇ ਰੱਖੇ ਹੋਏ ਚਲੋ ਬਾਈ ਚਕਾਓ ਅੱਛਾ ਇਹ ਥੋੜੀ ਸੈਟਿੰਗ ਜੀ ਕਰਦੇ ਆ ਅਸੀਂ ਮਤਲਬ ਇਦਾਂ ਹੁੰਦਾ माहौल दसांगे एंड दे विच काहदी सेटिंग कर रहे असीं घरे वेले आ दिमाग शैतान आ काम चाले लागे ਉਹ ਤੂੰ ਫਾਰਮਿੰਗ ਕਰੀ ਜਾ ਰਿਹਾ ਹੋਰ ਕੀ ਯਾਰ ਇੰਨੀ ਜ਼ਮੀਨ ਦਾ ਕਰਾਂਗੇ ਕਿਸ ਦਿਨ ਆ ਜਦੋਂ ਲਾਇਆ ਸੀ ਉਦੋਂ ਇੱਡਾ ਸੀ ਹਾਂ ਹੁਣ ਇੱਡਾ ਹੋ ਗਿਆ ਹਾਂ ਵੱਡਾ ਹੋ ਗਿਆ ਇਹ ਇਨਡੋਰ ਪਲਾਂਟ ਉਹ ਯਾਰ ਅਸਲੀ ਇੰਨੀ ਜ਼ਮੀਨ ਦਾ ਕਰੇਗਾ ਕੀ ਤੂੰ ਯਾਰ ਬਸ ਅੰਨੀ ਖੇਤੀ ਇਹਦੇ ਵਿੱਚ ਹੁਣ ਇੱਧਰ ਕਣਕ ਬੀਜਦੇ ਨਹੀਂ ਇੱਧਰ ਚ ਹੁੰਦਾ ਹਾਂ ਧਣੀਆਂ ਵੀ ਲਾ ਛੱਡ ਇੱਧਰ ਦੀ ਸਾਈਡ ਆਪਾਂ ਕਰ ਲਾਂਗੇ ਹੂੰ ਸਬਜ਼ੀ ਬੁੱਟੀ ਬਸ ਬਸ ਤਕੜਾ ਜ਼ਮੀਨਦਾਰ ਆ ਕਰੀ ਫਿਰਦਾ ਯਾਰ ਤਲੀ ਨੂੰ ਹੈਂ ਚੱਲ ਠੀਕ ਆ ਫਿਰ ਕਰ ਇਹਨ ਸੈਟਿੰਗ ਜਲਦੀ ਸੈਟਿੰਗ ਕਰੀਏ ਹਾਂ ਦੱਸ ਕੀ ਕਹਿੰਦਾ ਸੀ ਉਹ ਤੂੰ ਮੇਰੇ ਬਾਰੇ ਯਾਰ ਇਹ ਮੈਨੂੰ ਲਾ ਲੈਂਦਾ ਕੰਮ ਆਪ ਇਹ ਆਪ ਹੀ ਕਰਾਉਂਦਾ ਨੀਗਾ ਇੱਕ ਵੀਡੀਓ ਦੇਖੀ ਹੋਣੀ ਆ ਦੋ ਬੰਦੇ ਤਿੰਨ ਕੰਮ ਕਰ ਦਿੰਦੇ ਨਾਲ ਦਾ ਐ ਦੁਰੀ ਜਾਂਦਾ ਹੁੰਦਾ ਚੱਕਦੇ ਆ ਨਾਲ ਇਹ ਉਹ ਬੰਦਾ ਉਹ ਜਮਾ ਝੂਠ ਆ ਜਮਾ ਕੋਈ ਝੂਠ ਨਹੀਂ ਆ ਸਾਰੇ ਮੈਂ ਲਾਈਵ ਕਰੀ ਜਾਂਦਾ ਵਾ ਇਹਨਾਂ ਨੂੰ ਮੈਂ ਕਿਹਾ ਸਿਰਫ ਆਹ ਆਪਾਂ ਨੂੰ ਚਾਹੀਦਾ ਉਹ ਕਾਰਨਰ ਤੇ ਹੀ ਪਿਆ ਰਹਿਣ ਦੋ ਡੈਕੋਰੇਸ਼ਨ ਲਈ ਸਹੀ ਆ ਤੇ ਇਹਨੂੰ ਰੱਖ ਕੇ ਆਪਣਾ ਕੋਈ ਹੋਰ ਫਾਇਦਾ ਨਹੀਂ ਮੇਰੇ ਮਗਰ ਪੈ ਗਈਆਂ ਸਾਰੀਆਂ ਚੀਜ਼ਾਂ ਇੱਥੇ ਤਾਂ ਬਸ ਇਹ ਕੋਈ ਕੰਮ ਨਹੀਂ ਕਰਦਾ ਮੈਂ ਇੰਨਾ ਕੰਮ ਆ ਬੱਚਾ ਨਾ ਇੱਥੇ ਦੁਬਈ ਦੇ ਵਿੱਚ ਇੰਨਾ ਕੰਮ ਕਰਦਾ ਤੇ ਰਹੇ ਰੱਬ ਦਾ ਨਾਂ ਚਲੋ ਇਹ ਇਹ ਚੀਜ਼ਾਂ ਵਧੀਆ ਹੋ ਰਹੀਆਂ ਨੇ ਜਲ ਚਕਾ ਸੋਫਾ ਦਾ ਹਾਂ ਸੈਟਿੰਗ ਤੋਂ ਬਾਅਦ ਮੈਂ ਬਲੌਗ ਬਣਾਉਣ ਲੱਗਾ ਮੈਨੂੰ ਕੰਮ ਦਾ ਨਹੀਂ ਕਹਿਣਾ ਮੈਨੂੰ ਕੰਮ ਦਾ ਨਹੀਂ ਕਹਿਣਾ ਆਹ ਸੈਟਿੰਗ ਤੋਂ ਬਾਅਦ ਇੱਕ ਬਲੌਗ ਜਿਹੜਾ ਹੱਥ ਗੰਦਾ ਹੋਇਆ ਆਹ ਸੈਟਿੰਗ ਤੋਂ ਬਾਅਦ ਨਾ ਅਸੀਂ ਬਣਾਉਣਾ ਉਹ ਹੱਥ ਜਿਹੜਾ ਕੱਲ੍ਹ ਬਲੌਗ ਬਣਾਇਆ ਉਹ ਅਪਲੋਡ ਕਰਨਾ ਵਾ ਕਰਕੇ ਉਹਨੂੰ ਚਾੜ ਦੇਣਾ ਆਪਾਂ ਯੂਟਿਊਬ 'ਤੇ ਫਿਰ ਦੇਖੋ ਓਕੇ ਹੁਣ ਚਕਾਉਣਾ ਪੈਣਾ ਹੈ ਦਰ ਇਜ਼ ਨੋ ਐਨੀ ਮੋਰ ਬੰਦਾ ਹਾਂ ਬਈ ਮੈਂ ਕਿਹਾ ਇਹ ਪਰਸ ਪਤਾ ਪਿਛਲੇ ਹਫ਼ਤੇ ਤੇ ਕਟਾਉਂਦੇ ਫਿਰਦੇ ਅੱਜ ਜਾ ਕੇ ਟਾਈਮ ਲੱਗਿਆ ਚੱਲ ਕਟਵਾ ਤੇ ਨਾ ਹੁਣ ਯਾਰ ਇੰਨਾ ਲੇਜ਼ੀ ਵੀ ਨਹੀਂ ਹੋਣਾ ਚਾਹੀਦਾ ਕੰਮ ਤੇ ਕੰਮ ਨਾ ਬੰਦਾ ਆਪਦੀ ਗਰੂਮਿੰਗ ਲਈ ਮੈਂ ਵੀ 10-15 ਦਿਨ ਬਾਅਦ ਕਟਾਇਆ ਕੱਲ ਹਜੇ ਆਪਣੇ ਸੁੱਖ ਨਾਲ ਕਰਦੇ ਆ ਜੇ ਆਪਾਂ ਨੂੰ ਬਾਹਰ ਜਾਣਾ ਪੈ ਜਾਵੇ ਕਿਤੇ ਫਿਰ ਤਾਂ ਹੋ ਗਿਆ ਕੰਮ ਨਾ ਫਿਰ ਤਾਂ ਖਤਿਆ ਨਾ ਜੀ ਔਰ ਇਦੂ ਬਾਅਦ 2 ਵਜੇ ਅਪੁਆਇੰਟਮੈਂਟ ਆ ਡਾਕਟਰ ਦੇ ਲੈ ਕੇ ਜਾਣਾ ਚੱਲਦੇ ਆ ਤੇਰਾ ਹੋ ਜਾਵੇ ਫਿਨਿਸ਼ ਦੋ ਵੱਜ ਗਏ ਦੋ ਵੱਜ ਗਏ ਹੁਣ ਆਪਾਂ ਕੀ ਕਰ ਸਕਦੇ ਹੁਣ ਵਿਹਲਾ ਹੋ ਚੱਲੀਏ ਅਰਸ਼ ਛੱਡਦੇ ਇਹਨੂੰ ਬਸ ਹੀ ਛੱਡ ਇਹੀ ਕਰ ਰਿਹਾ ਅੱਛਾ ਇਹ ਆਪਣੇ ਟਿਸ਼ੂ ਨਾਲ ਸਾਫ ਕਰ ਰਹੀ ਸੀ ਸਭ ਅੱਛਾ ਤੈਨੂੰ ਹੋਰ ਸੀ ਸਫਾਈ ਦੀ ਕਰਦੇ ਕਲੀਨ ਅਪ ਕਰਦੇ ਫਿਰ ਬੰਦੇ ਨਾ ਹੌਸਪੀਟਲ ਵੀ ਜਾਣਾ ਟਾਈਮ ਹੋ ਗਿਆ 2 ਵਜੇ ਦੀ ਅਪੁਆਇੰਟਮੈਂਟ ਆ ਤੇ ਹਜੇ ਸਿਰ ਧਵਾਉਂਦਾ ਆ ਲੇਟ ਕਰਾ ਦਾ ਜ਼ਿਆਦਾ ਕੁਛ ਨਹੀਂ ਹੇਅਰ ਕਟਿੰਗ ਹੋ ਗਈ ਆ ਹਨਾ ਤੇ ਤੁਰੇ ਜਾ ਰਿਹਾ ਘਰ ਨੂੰ
अपॉइंटमेंट सी 2 बजे थी लेकिन लेट हो गया, सवा दो हो गए जाके देख दे की बनता। ਜਲਦੀ 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 ਖਿੱਚ ਦੇ ਜਲਦੀ, ਗਰਮ ਹੋਣ ਦੇ ਗੱਡੀ, ਗੱਡੀ ਗਰਮੀ ਹੈ, ਇਹਨੂੰ ਕੋਈ ਲੋੜ ਨਹੀਂ ਹੁੰਦੀ ਇਹਨਾਂ ਨੂੰ, ਕੱਲ ਦੀ ਖੜੀ ਆ, ਕੋਈ ਲੋੜ ਨਹੀਂ, ਆਪਾਂ ਰੂਲ ਰੈਗੂਲੇਸ਼ਨ ਆਪ ਤੋੜ ਦਿੰਦੇ ਜਿਹੜੇ ਆਪਣੇ ਸੈੱਟ ਕੀਤੇ ਗੇ ਪਾ ਯਾਰ ਚੱਲ ਸਲੀਮ ਨਹੀਂ 2 ਵਜੇ ਦੀ ਅਪਾਇੰਟਮੈਂਟ ਆ 2:08 ਹੋ ਗਈ ਯਾਰ ਡਾਕਟਰ ਨੇ ਲੰਘਿਆ ਹਾਂ ਹਾਂ ਤੇ ਮੁੜ ਕੇ ਛੁੱਟੀ ਨਹੀਂ ਹੈਗੀ ਇੱਕਦਾਂ ਦੇ ਕੋ ਪੇਸ਼ੈਂਟ ਨੂੰ ਉਹਨੇ ਕਿੱਥੇ ਜਾਣਾ ਨਹੀਂ 2:30 ਵਜੇ ਤੱਕ ਡਿਊਟੀ ਉਹਦੀ ਫੇਰ ਤਾਂ ਗਿਆ ਵਾ ਇਹ ਬੰਦਾ ਹਾਂ ਕਾਲ ਅਗਰ ਆ ਗਈ ਤਾਂ ਉਹਨੂੰ ਦੱਸ ਦੇਣਾ ਵੀ ਆਉਂਦਾ ਵੇ ਆ ਮੈਂ ਹੁਣ ਚੱਲਿਆ ਜੀ ਐਸਟਰ ਹਸਪੀਟਲ ਮਤਲਬ ਮੇਜਰ ਨਹੀਂ ਜਸਟ ਰੈਂਡਮ ਚੈੱਕਅਪ ਜਿਹੜੇ ਡਾਊਟ ਹੁੰਦੇ ਆ ਯਾਰ ਚੱਲ ਚੈੱਕਅਪ ਕਰਵਾ ਲੈਂਦੇ ਆਪਾਂ ਉਹ ਅਤੇ ਹੋਰ ਕੁਛ ਨਹੀਂ ਜ਼ਿਆਦਾ ਉੱਥੇ ਪਹੁੰਚ ਕੇ ਫਿਰ ਤੁਹਾਨੂੰ ਦੱਸਦੇ ਕੀ ਹਿਸਾਬ ਕਿਤਾਬ ਹੈ ਕਿ ਨਹੀਂ ਕਿਉਂ ਸਲੀਮੇ ਯੈਸ ਚੱਲ ਠੀਕ ਹੈ ਓਕੇ ਫਸਟ ਫਲੋਰ 'ਤੇ ਲੇਟ ਹੋ ਗਿਆ ਹੁਣ ਭੱਜਿਆ ਫਿਰਦਾ ਟਾਈਮ ਦਿੱਤਾ 2 ਵਜੇ ਦਾ 2:17 ਹੋ ਗਏ 17 ਮਿੰਟ ਲੇਟ ਆ ਦੇਖਦੇ ਡਾਕਟਰ ਕੀ ਕਹਿੰਦਾ ਡਾਕਟਰ ਨਾ ਆ ਜਾ ਟੈਸਟ ਹੋ ਗਿਆ ਬੋਡੀ ਚੈੱਕਅਪ ਹੋ ਗਿਆ ਰਿਜ਼ਲਟ ਕੱਲ੍ਹ ਮੈਂ ਪਰਸਨ ਵਾਲੀ ਮੈਡੀਸਨ ਲੈਣੀ ਹੈ ਇਹਦੇ ਲਈ ਵੀ ਇਹਦਾ ਲੈ ਗਿਆ ਇਹ ਲੈ ਗਿਆ ਵਿਟਾਮਿਨ ਡੀ ਹੋਰ ਕਿਹੜੇ ਕਿਹੜੇ ਆ ਡੀ ਸੀਗਾ ਆਹੋ ਇਹ ਜਾ ਕੋਈ ਲੱਕ ਨੰਬਰ ਪਰ ਡੀ ਆ ਉੱਤੇ ਡੀ ਆ ਬਸ ਆ ਪਿੱਛੇ ਜੰਗਲ ਹੈ ਬਈ ਨਾ ਕੀ ਬਾਤ ਹੈ ਇਹ ਸਾਰਾ ਆਰਟੀਫੀਸ਼ੀਅਲ ਜੰਗਲ ਹੈ ਡਨ ਸਾਰਾ ਕੁਛ ਡਨ ਹੋ ਗਿਆ ਆਪਣਾ ਹੁਣ ਆਪਾਂ ਚੱਲੇ ਬਾਹਰ ਪਾਰਕਿੰਗ ਕਿੱਥੇ ਗੱਡੀ ਲੱਭ ਦੇ ਗੱਡੀ ਲੱਭ ਕੇ ਫਿਰ ਆਪਾਂ ਚੱਲੀਏ ਘਰਾਂ ਨੂੰ ਪਾਰਕਿੰਗ ਕਿੱਥੇ ਆ ਓ ਉੱਥੇ ਮਿਲਦੀ ਆ ਉਹ ਦੂਰ ਕਿਤੇ ਦੂਰ ਕਿਤੇ ਉੱਧਰ ਦੇਖੋ ਉੱਧਰ ਸਿੱਧੀ ਲਿਆ ਸਿੱਧੀ ਮਿਲੀ ਮਿਲੀ ਦਾ ਕੰਮ ਬਸ 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 ਇਹਨੂੰ ਖੋਲੇਂਗਾ ਤਾਂ ਮੈਂ ਅੰਦਰ ਆਊਂਗਾ ਗੱਲਬਾਤ ਹੋ ਗਈ ਪੂਰੀ ਵਧੀਆ ਬਿਲਕੁਲ ਕੈਮ ਗੱਲਬਾਤ ਉੱਥੇ ਆਪਾਂ ਉੱਚੀ ਨਹੀਂ ਬੋਲ ਸਕਦੇ ਹੈ ਨਾ ਹੋਰ ਕੀ ਥੋੜ੍ਹਾ ਜਿਹਾ ਪਰਹੇਜ ਕਰਨਾ ਪੈਂਦਾ ਹੋਸਪਿਟਲਾਂ ਦਾ ਅਤੇ ਹੁਣ ਆਪਾਂ ਚੱਲੀਏ ਘਰ ਨੂੰ ਦੁਬਾਰਾ ਉੱਥੇ ਸਲੂਨ 'ਤੇ ਚੱਲ ਠੀਕ ਆ ਥੋੜ੍ਹਾ ਕੰਮ ਪੈਂਡਿੰਗ ਆ ਡੈਂਟਿੰਗ ਪੈਂਡਿੰਗ ਦਾ ਕਰਵਾ ਲਈਏ ਆਪਾਂ ਚਲੋ ਜੀ ਦੋਸਤੋ ਮਿਲਦੇ ਆ ਫਿਰ ਅਗਲੇ ਸਟੇਸ਼ਨ ਤੇ ਅਸੀਂ ਕੋ ਜਾਣਾ ਆ ਦੋ ਪਾਰਕਿੰਗ ਆ ਇੱਕ ਪਾਰਕਿੰਗ ਆ ਜਾਨੀ ਕਿ ਇੱਕ ਟਾਇਰ ਇੱਥੇ ਹੋਊਗਾ ਇੱਕ ਇੱਥੇ ਹੋਊਗਾ ਆ ਕੋਈ ਸਿਆਣਾ ਦੁੰਮ ਨਾਲੇ ਇਧਰਲੀ ਪਾਰਕਿੰਗ ਖਰਾਬ ਕਰ ਗਿਆ ਨਾਲੇ ਉਧਰਲੀ ਬਚਾ ਲਿਆ ਪਹਿਲਾਂ ਵਾੜਾ ਲਾਤਾ ਸੀਗਾ ਹੁਣ ਠੀਕ ਆ ਹੁਣ ਹੋਸਪਿਟਲ ਜਾ ਕੇ ਆ ਕੇ ਦੁਬਾਰਾ ਕਲਰ ਕਰਾਇਆ ਕਲਰ ਕੁਲਰ ਹੈ ਪੇਂਟਿੰਗ ਡੇਂਟਿੰਗ ਕਰਵਾ ਸਹੀ ਹੈ ਨਾ ਮੁੰਡਾ ਯੰਗ ਬਣਾਤਾ ਹੈ ਨਾ ਅਤੇ ਅੱਜ ਦਾ ਇੰਨਾ ਕੀ ਸੀਗਾ ਸਿਸਟਮ ਵਲੋਗ 'ਚ ਹੈ ਨਾ ਅਤੇ ਹੁਣ ਆਪਾਂ ਕਰਦੇ ਹਾਂ ਇਹਦਾ ਐਂਡ ਇੱਥੇ ਅਤੇ ਨੈਕਸਟ ਵਲੋਗ ਸਟਾਰਟ ਕਰਦੇ ਹਾਂ ਇਹਦੇ ਨਾਲ ਹੀ ਹੈ ਨਾ ਇਹ ਸਾਰੀ ਅਪਲੋਡ ਹੋ ਹੀ ਜਾਣੀ ਹੈ ਚੀਜ਼ ਹੈ ਨਾ ਸਲੀਮੇ ਤਰੀਕੇ ਨਾਲ ਇੱਕ ਲੱਗਿਆ ਹੋਇਆ ਅਪਲੋਡ 'ਤੇ ਫਿਰ ਆਹ ਕਰ ਦੇਣਾ ਉਦੋਂ ਬਾਅਦ ਫਿਰ ਨੈਕਸਟ ਨਾਲ ਹੀ ਸਟਾਰਟ ਚਲੋ ਠੀਕ ਆ ਫਿਰ ਮਿਲਦੇ ਹਾਂ ਨੈਕਸਟ ਵਲੌਗ ਸਬਸਕ੍ਰਾਈਬ ਵਾਧੇ ਆਣ ਫਿਰ ਅਸੀਂ ਧੜਾ ਦਾ ਡੇਲੀ ਦੇ ਤੋਂ ਪਾ ਹਾਂ ਫਿਰ ਡੇਲੀ ਦੇ ਹੋਣਾ ਹੁਣ ਵੀ ਸਾਡੀ ਟਰਾਈ ਆ ਮਤਲਬ ਅਸੀਂ ਡੇਲੀ ਦੇਖਣ ਵਾਲੇ 10 ਤਾਂ ਬੰਦੇ ਆ ਹਾਂ 10 ਬੰਦੇ ਆ ਸਬਸਕ੍ਰਾਈਬਰ ਇਹ ਤੋਂ 8 ਕਰਦੇ ਆ 8 ਕਰਦੇ ਆ ਦੋ ਬਾਹਰ ਲੈ ਪਾਣੀ ਉਹਨਾਂ ਦੀ ਥੈਂਕ ਯੂ ਸੋ ਮਚ ਚਲ ਠੀਕ ਆ ਫਿਰ ਬਾਏ ਬਾਏ ਬਾਈ ਜੀ ਬਾਏ ਬਾਏ ਫਿਰ ਮਿਲਦੇ ਆ ਨੈਕਸਟ